ਨਾਲ ਜਰਨਲ ਕਰਨਲ ਨੂੰ ਕੱਟ ਜਾਂਦੀ ਹੈ ਤਾਂ ਸਕੂਲ ਕਿੱਧਰ ਗਿਆ? ਹੈਲੋ ਭਾਈਜਾਨ, ਹੈਲੋ। ਹਾਂ ਇਹਦਾ ਤਾਂ ਇੱਕ ਹਜ਼ਾਰ ਵੀ ਨਹੀਂ ਹੋਇਆ, ਮੈਨੂੰ ਫੋਨ ਆ ਗਿਆ। ਹਾਂ ਹੈਲੋ, ਟਿਕਟੋਕ ਆਫਿਸ ਜੀ, ਬੜੀ ਮਿਹਰਬਾਨੀ ਜੀ, ਨਾ ਕਰੋ, ਥੋੜ੍ਹਾ ਜਿਹਾ ਕਰ ਲੈਂਦੇ। ਨਹੀਂ ਜੀ, ਇੰਨਾ ਕੁ ਬਣਦਾ ਜੀ ਸਕੂਲ ਸਾਡਾ ਜਿਹੜਾ 86 ਦਾ ਆ ਰਿਹਾ, ਇੰਨਾ ਕੁ ਤਾਂ ਬਣਦਾ ਜੀ। ਜੀ ਕਰ ਲਈ ਜੀ? ਹਾਂਜੀ ਜੀ ਭਾਈ ਜਾਨ, ਆਂਦੀ ਰਹਿਣ ਦੇ, ਨਾ ਕਰੋ। ਨਹੀਂ ਥੋੜ੍ਹਾ ਜਿਹਾ ਤਾਂ ਭਾਈ ਜਾਨ ਤਕਲੀਫ ਹੋਣੀ ਹੈ ਜੀ। ਯਾਰ ਬਤਲੋ ਨਾ, ਕਰ ਕੀ ਹੈ ਤੈਨੂੰ ਯਾਰ, ਨਹੀਂ ਕਰਿਆ ਕਰ, ਘੁੰਮ ਕੇ ਕਰ ਲੈਤੇ ਹੈ ਜੀ, ਜੀ ਥੋੜ੍ਹਾ ਜਿਹਾ ਘੁੰਮ ਕੇ ਕਰ ਲੈਤੇ ਹੈ। ਯਾਰ ਸ਼ਰਮ ਕਰੋ ਪਤਲੂ, ਸ਼ਰਮ ਨਹੀਂ ਆਉਂਦੀ ਨਾ, ਲਾਈਟ ਬੰਦ ਕਰ ਲੈਂਦੇ ਹਾਂ। ਜੀ ਠੀਕ ਹੈ ਜੀ, ਹੈਲੋ, ਓਕੇ ਜੀ ਭਾਈ ਜਾਨ, ਮੈਂ ਅਗਲਾ ਮੈਚ ਲਾਉਣਾ, 5 ਮਿੰਟ ਦੇਣੇ ਹੈ ਜੀ, ਬਿਲਕੁਲ ਦਿਆਂਗੇ ਜੀ, ਹਲਕੀ ਦਿਆਂਗੇ, ਨਾਈਸ ਦਿਆਂਗੇ ਜੀ, ਠੀਕ ਹੈ ਜੀ। ਮੈਂ ਤੈਨੂੰ ਮਿਊਟ ਕਰ ਦੇਣਾ ਯਾਰ, ਤੂੰ ਮੈਨੂੰ ਮਿਊਟ ਕਰਨ ਲੱਗੀ ਜੀ ਭਾਈ ਜਾਨ, ਮੈਂ ਜਿਵੇਂ ਗਾਲਾਂ ਕੱਢਣਾ ਪਿਆ ਜੀ। ਠੀਕ, ਆ ਜਾਓ ਜੀ, ਦੇਖ ਲਓ ਯਾਰ ਕਿਆ ਕਰਤਾ, ਮੈਂ ਨਹੀਂ ਵੇਖਣਾ ਨਾ ਭਾਈ ਜੀ, ਮੈਨੂੰ ਸ਼ਰਮ ਆਉਂਦੀ, ਮੈਂ ਨਹੀਂ ਵੇਖ ਸਕਦਾ, ਸੋਰੀ। ਆਈ ਹੇਟ ਯੂਅਰ ਮਾਈਂਡ ਪਤਲੂ, ਕਸਮ ਹੈ ਯਾਰ, ਹੁਣ ਤੂੰ ਆਖਰੇ ਵੇਖ ਰਿਹਾ, ਮੈਂ ਕਿਹਾ ਹੁਣ ਮੈਂ ਤੈਨੂੰ ਹਰੀ ਹੋਈ ਨੂੰ ਕਿਵੇਂ ਵੇਖਾਂ, ਮੈਂ ਹਰੇ ਹੋਏ ਬੰਦੇ ਵੇਖਦਾ ਨਹੀਂ, ਮੈਨੂੰ ਸ਼ਰਮ ਆਉਂਦੀ ਹੈ। ਹਾਂਜੀ ਹੁਣ ਆਪਣਾ ਤੇਰਾ ਗੇਂਦ ਗੰਦਾ ਤੇ ਮੇਰਾ ਕੀ ਕਸੂਰ ਹੈ? ਇਹ ਤੇ ਹੈ, ਸਹੀ ਗੱਲ ਮੈਂ ਮੰਨਦੀ ਹਾਂ, ਮੈਂ ਨਾ ਕੋਈ ਸਿੱਧੀ ਗੱਲ ਵੀ ਕਰੇ, ਮੈਨੂੰ ਲੱਗਦਾ ਕੋਈ ਪੁੱਠੀ ਬਾਤ ਕਰ ਰਿਹਾ, ਮੈਂ ਫਿਰ ਗੁੱਸਾ ਚੜ ਜਾਤਾ ਹੈ। ਚਲੇ ਪਨਿਸ਼ਮੈਂਟ ਕਰੇ, ਉੱਠ ਕਰ, ਮੈਨੂੰ ਪਹਿਲੇ ਨੰਬਰ ਤੇ 20 ਸਲੂਟ ਮਾਰੇ, ਬੋਲੋ ਮੈਂ ਤੁਮੇ ਮਾਨ ਗਈ ਹੂੰ, ਠੀਕ ਹੈ? ਦੂਸਰੀ ਮੇਰੀ ਗੱਲ ਸੁਣ, ਗੱਲ ਅੱਛਾ ਤੂੰ ਪਹਿਲੇ ਤੈਨੂੰ ਬੋਲ, ਮੈਂ ਫਿਰ ਤੈਨੂੰ ਇੱਕ ਗੱਲ ਸੁਣਾਉਂਗੀ, ਸੁਣਾ। ਦੂਸਰੀ ਪਨਿਸ਼ਮੈਂਟ, ਉੱਠ ਕੇ 20 ਦਫਾ ਬੋਲ ਮੈਂ ਇੱਕ ਆਂਟੀ ਹੂੰ। ਮੈਂ ਤੈਨੂੰ ਉੱਥੇ ਆ ਕੇ ਕੁੱਟਣਾ ਜਿੱਥੇ ਤੂੰ ਬੈਠਾ, ਸਮਝ ਆਈ ਹੈ? ਤੀਸਰੀ, ਇੱਕ ਦੋ ਵਾਰੀ ਮੈਂ ਗੱਲ ਇਗਨੋਰ ਕੀਤੀ, ਮੈਨੂੰ ਹੁਣ ਤਾਪਾ ਕੇ ਤਾਪ ਚੜ ਜਾਣੀ ਆ। ਈਜ਼ੀ ਐਂਡ ਸਿੰਪਲ, ਤੀਸਰੀ ਪਨਿਸ਼ਮੈਂਟ, ਪੋਚੇ ਵਾਲੀ ਟਾਕੀ ਪਕੜੇ ਔਰ 20 ਟਾਈਮ ਦਫਾ ਬੋਲੇ ਲੀਡਰ ਕੰਮ ਵਾਲੀ ਆਂਟੀ ਆ ਗਈ ਹੈ, ਬੋਲੋ ਕੌਣ ਸਾ ਕਮਰਾ ਸਾਫ ਕਰਨਾ ਹੈ। ਵੇਖੋ ਗੱਲ ਪਤਾ ਕੀ ਹੁੰਦੀ, ਗੱਲ ਹੁੰਦੀ ਇੱਕ ਅੱਛੀ ਐਂਡ ਸਿੰਪਲ ਐਂਡ ਈਜ਼ੀ। ਹੁਣ ਸਾਦੀ ਪੱਧਰੀ ਦੇ ਵੀ ਆਪਸ਼ਨ ਨਾਲ ਨੇ, ਮੈਂ ਕੀ ਕਰਾਂ, ਮੈਨੂੰ ਸਮਝ ਨਹੀਂ ਆ ਰਹੀ। ਚੱਲਣ ਜੀ, ਅੱਛਾ ਜੋ ਤੁਮਨੇ ਮੇਰੀ ਆਰਟ ਕੀ ਸਟ੍ਰੀਕ ਤੋੜੀ ਹੈ, ਪਹਿਲੇ ਉਸਕਾ ਮੁਝੇ ਬਤਾਓ ਕਿਆ ਹੈ? ਉਸਕਾ ਤੁਮਨੇ ਆ ਕੇ ਤੁਮਨੇ ਮੁਝੇ ਉਸਕਾ ਦੁੱਖ ਹੋਇਆ, ਉਸਕਾ ਦੁੱਖ ਹੋਇਆ, ਦੁੱਖ ਨਹੀਂ ਮੈਨੂੰ ਚਾਹੀਦਾ, ਤਕਲੀਫ ਹੋਈ ਹੈ, ਤਕਲੀਫ ਹੋਈ ਹੈ, ਮੁਝੇ ਦੁੱਖ ਨਹੀਂ ਚਾਹੀਏ। ਨਹੀਂ ਹੁਣ ਮੈਨੂੰ ਇੱਕ ਮਿੰਟ ਸੁਣੋ, ਇੱਕ ਮਿੰਟ ਮੈਨੂੰ ਇੱਕ ਨਹੀਂ, ਤੂੰ ਇਹ ਗੱਲਾਂ ਨਾ ਕਰ, ਮੈਂ ਤੈਨੂੰ ਦੱਸੀ ਜਾਵਾਂ, ਨਾ ਨਹੀਂ ਨਹੀਂ ਕਰੋ ਯਾਰ, ਨਹੀਂ ਨਹੀਂ, ਮੈਨੂੰ ਇਸ ਚੀਜ਼ ਦਾ ਤੂੰ ਜਵਾਬ ਦੇਣਾ, ਮੈਂ ਕਰਾਂਗਾ ਜੋ ਕਹੇਂਗੀ। ਤੈਨੂੰ ਦੁੱਖ ਹੋਇਆ ਜਾਂ ਤਕਲੀਫ ਹੋਈ? ਮੁਝੇ ਅਫਸੋਸ ਹੋਇਆ, ਅਫਸੋਸ ਹੋਇਆ, ਬਾਅਦ ਵਿੱਚ ਬੰਦੇ ਨੂੰ ਅਫਸੋਸ ਹੀ ਹੁੰਦਾ ਨਾ। ਹਾਂਜੀ ਵੇਖੋ ਗੱਲ ਸੁਣੋ, ਬਾਅਦ ਵਿੱਚ ਬੰਦੇ ਨੂੰ ਦੁੱਖ ਨਹੀਂ ਹੁੰਦਾ ਭਾਈ ਜਾਨ, ਇਹ ਆਪਣੇ ਨੂੰ, ਆਪਣੇ ਨੂੰ ਇਹਨੇ ਬੜੀ ਗੱਲ ਕੀਤੀ ਹੈ ਕਿ ਅਗਲਾ ਬੰਦਾ ਜਿਵੇਂ ਕੌਣ ਡੇ ਉਹਨੂੰ ਸਿਰਫ ਪਾਗਲ ਹੈ ਨਾ, ਇੱਥੇ ਮੈਂ ਸਕਰੀਨ 'ਤੇ ਬੈਠਾ ਬੀਬੀ, ਮੈਂ ਪਾਗਲ ਨਹੀਂ। ਅੱਛਾ ਹੁਣ ਮੈਨੂੰ ਦੱਸ, ਅਭੀ ਮੁਝੇ ਬਤਾਏ, ਆਪਕੋ ਦੁੱਖ ਹੋਇਆ ਹੈ ਜਾਂ ਤਕਲੀਫ ਹੋਈ ਹੈ? ਮੈਨੂੰ ਗੁੱਸਾ ਆਇਆ, ਬਾਤ ਜੋ ਹੋਈ ਹੈ ਨਾ, ਵੇਖੋ ਬੰਦੇ ਕੋ ਗੁੱਸਾ ਆਤਾ ਹੈ, ਲੇਕਿਨ ਪਹਿਲੇ ਨਹੀਂ ਆਤਾ, ਜਬ ਮੈਚ ਕੱਟ ਜਾਤਾ ਹੈ ਨਾ, ਜਬ ਮੈਚ ਕੱਟ ਜਾਤਾ ਨਾ ਤਬ ਗੁੱਸਾ ਆਤਾ ਹੈ ਬੰਦੇ ਕੋ, ਠੀਕ ਹੈ? ਅੱਛਾ ਪਹਿਲੇ ਜੋ ਤੁਮਨੇ ਮੇਰੀ ਆਰਟ ਕੀ ਸਟ੍ਰੀਕ ਤੋੜੀ ਹੈ, ਉਸਕਾ ਤੁਮਨੇ ਮੁਝੇ ਆਕੇ 10,000 ਮਾਰਨਾ ਹੈ, ਬਾਤ ਖਤਮ ਹੋ ਗਈ ਜੀ। ਠੀਕ ਹੈ ਜੀ, ਅੱਛਾ ਅਬ ਪਨਿਸ਼ਮੈਂਟ ਆਪਕੀ, ਆ ਪਹਿਲੀ ਪਨਿਸ਼ਮੈਂਟ, ਮੈਂ ਤੁਮੇ ਸਲੂਟ ਮਾਰ ਦਤੀ ਹੂੰ, ਉੱਠ ਕੇ ਸਲੂਟ ਮਾਰਨੇ ਹੈ, ਠੀਕ ਹੈ, ਔਰ ਬੋਲਣਾ ਹੈ ਕਾਮ ਵਾਲੀ ਆਂਟੀ ਕੀ ਤਰਫ ਸੇ 10 ਸਲੂਟ ਹੈ। ਮੇਰੀ ਬਾਤ ਸੁਣੋ, ਤੁਮਨੇ ਤੁਮ ਪਲਟੋ ਮਤ, ਸਮਝ ਆਈ? ਤੂੰ ਮੈਨੂੰ ਕਿਹਾ ਸੀ ਤੁਮਨੇ ਸਲੂਟ ਮਾਰ ਕੇ ਕਹਿਣਾ ਕਿ ਮਹਿਮਾਨ, ਕਿਹਦਾ ਫੋਨ ਆ ਰਹੀ, ਤੇਰੀ ਆਵਾਜ਼ ਲੱਗੀ ਗਈ ਹੈ, ਆਵਾਜ਼ ਲੱਗੀ ਗਈ ਆਪਕੀ, ਹੈਲੋ, ਆਵਾਜ਼ ਨਹੀਂ ਆ ਰਹੀ, ਹਾਂ ਆ ਰਹੀ ਹੈ, ਹਾਂ ਹਾਂ ਬੋਲੋ ਬੋਲੋ, ਤੁਮਨੇ ਬੋਲਾ ਤਾਂ, ਤੁਮਨੇ ਬੋਲਣਾ ਹੈ ਕਿ ਨੋ ਨੋ, ਕੀ ਉਸਕਾ ਨਾਮ ਹੈ, ਮੈਂ ਤੁਮੇ ਮਾਨ ਗਈ ਹੂੰ ਪਤਲੂ, ਵੋ ਮੈਂ ਕਰ ਦੇਤੀ ਹੂੰ, ਤੇ ਅਗਲੀ ਵਾਰੀ ਜਦੋਂ ਮੈਂ ਜਿੱਤੀ ਤੇ ਮੈਂ ਸਲੂਟ ਆਹੀ ਵਜਵਾਣੀ ਹੈ, ਤੇ ਬੁਲਵਾਣਾ ਵੀ ਇਹੀ ਹੈ, ਗੱਲ ਯਾਦ ਰੱਖੀ, ਵਜਾ ਦੇਾਂਗੇ ਕੋਈ ਗੱਲ ਨਹੀਂ।
सलूट ਸੁਣਾ ਮੇਰੇ ਘਰੋਂ ਮੈਨੂੰ ਫੋਨ ਆ ਗਿਆ ਕਿ ਕੀ ਚੱਲ ਰਿਹਾ ਹੈ ਤੇ ਮੈਂ ਮਨਾਂ ਵਿੱਚ ਤੇ ਦੇਲਾ ਤੋਂ ਹਟਦਾ ਨਹੀਂ ਆ ਅੱਛਾ ਠੀਕ ਹੈ ਓਕੇ 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 ਗਾਇਜ਼ ਸੋਰੀ ਘਰ ਵਾਲਿਓ ਮਜ਼ਾਕ ਚੱਲ ਰਿਹਾ ਹੈ ਤੁਸੀਂ ਜਦੋਂ ਇਹੋ ਜੀ ਗੱਲ ਹੋ ਰਹੀ ਫਿਰ ਘੁਣ ਮੁਣ ਝੋਨੋ ਜੀ ਦਾ ਫਿਰ ਡਾਲਰ ਨਹੀਂ ਗਿਣੀਦੇ ਨਾ ਉਹ ਲੈਫਟ ਕਰ ਜੀ ਦਾ ਆਹੋ ਡਾਲਰ ਗਿਣ ਲੱਗੇ ਤੂੰ ਉਹਨਾਂ ਨੂੰ ਧੁੱਪ ਲਾ ਦੇ ਪੂਰਾ ਟੱਬਰ ਗੀਤ ਰਿਕੁਐਸਟ ਕਰ ਰਹੀ ਹੈ ਸਬਰ ਕਰੋ ਜਾਂ ਜਿਖਲੋ ਜਾਂ ਦੋ ਮਿੰਟ ਇੱਥੇ ਗੱਲ ਲੱਗੀ ਹੈ ਆਹੋ ਜਦੋਂ ਡਾਲਰ ਆਉਂਦੇ ਨੇ ਉਦੋਂ ਤੇ ਬੜਾ ਥੁੱਕ ਲਾ ਕੇ ਗਿਣਦੇ ਤੇ ਇੱਥੇ ਤੁਹਾਨੂੰ ਨਹੀਂ ਕੋਈ ਮੈਂ ਤੁਹਾਨੂੰ ਪਤਾ ਹੈ ਮੇਰੀ ਮੈਂ ਕਿਸ ਤਰ੍ਹਾਂ ਬ੍ਰੌਡ ਕਰਤੀ ਹੂੰ ਸਮਝ ਆਈ ਮੈਂ ਕੋਈ ਗੰਦੀ ਗੱਲ ਕੀਤੀ ਹੈ ਦੱਸੋ ਹੈ ਕਮਾਲ ਬੰਦੇ ਹੋ ਭਾਈ ਹੁਣ ਉਹ ਆਪ ਗੱਲ ਸਮਝੀ ਜਾਣ ਤੇ ਮੇਰਾ ਤਾਂ ਕੋਈ ਕਸੂਰ ਨਹੀਂ ਜੀ ਤੇਰਾ ਮੂੰਹ ਗੰਦਾ ਹੈ ਤੇਰੀ ਜ਼ੁਬਾਨ ਇੰਨੀ ਲੰਬੀ ਆ ਹਜੇ ਤੂੰ ਜ਼ੁਬਾਨ ਇੰਨੀ ਲੰਬੀ ਵੇਖੀ ਹੈ ਹਾਂਜੀ छाईजान ਮੇਰੇ ਬੰਦੇ ਮੈਨੂੰ ਆਖਿਆ ਮੈਨੂੰ ਕੋਈ ਕੰਮ ਆਖੜ ਤੇ ਕਰਾ ਨਾ ਕਰ ਬੰਦ ਕਰ ਮੈਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਨੇ ਸਮਝ ਆਈ ਹੈ ਓਕੇ ਮਾਫੀ ਉਹ ਕਹਿ ਰਹੇ ਬਸ ਓਕੇ ਠੀਕ ਹੈ ਜੀ ਭਾਈ ਜਾਨ ਓਕੇ ਗਾਇਸ ਠੀਕ ਹੈ ਜੀ ਭਾਈ ਜਾਨ ਓਕੇ ਜੀ ਚਲੋ ਓਕੇ ਲਾਲਾ ਠੀਕ ਹੈ ਅੱਛਾ ਚੱਲੇ ਜੀ ਅਭੀ ਪਨਿਸ਼ਮੈਂਟ ਕਰੇ ਨਾ ਸਲੂਟ ਕਹਿਣਾ ਕਿ ਮੈਂ ਮੰਨ ਗਈ ਤੂੰ ਮੈਂ ਪਤਲੂ ਉੱਠ ਕਰ ਮਾਰਨੇ ਆ ਤੂੰ ਕੋ ਲੂਟ ਕੇ ਬੈਠ ਕਰ ਨਹੀਂ ਹੁੰਦੇ ਆ ਜੀ ਐਡੇ ਨਹੀਂ ਤੁਹਾਨੂੰ ਮਾਫੀਆਂ ਚੜੀਆਂ गुस्सा ना करे कल ओके कदो तेन फोन आ रहा घर का फोन चुक है एक मिनट जी